ਇੱਥੇ ਲਾਗੇ ਲਾਗੇ ਬੈਠੇ ਕੋਈ ਬੰਦੇ ਇੱਧਰ ਵੀ ਮੇਰੇ ਖਿਆਲ ਇੱਧਰ ਵੀ ਬੀੜੀਆਂ ਪੀ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਬੀੜੀਆਂ ਪੀਣਾ ਭਈਆਂ ਦਾ ਕੰਮ ਹੈ ਪੰਜਾਬੀ ਬੀੜੀਆਂ ਨਹੀਂ ਪੀਂਦੇ ਪੰਜਾਬੀ ਦੁੱਧ ਮੱਖਣ ਖਾਂਦੇ ਆ ਲੱਸੀਆਂ ਪੀਂਦੇ ਆ ਘਿਓ ਖਾਂਦੇ ਆ ਤੇ ਛੱਡ ਦਿਓ ਯਾਰ ਚਲੋ ਛੱਡੋ ਤੁਹਾਨੂੰ ਆਓ ਹੈ ਨਾ ਜੀ ਅੱਜ ਕੱਲ੍ਹ ਵੈਸੇ ਹੀ ਸਾਰੀ ਪੰਜਾਬੀ ਜਿਹੜੀ ਆਪਣੀ ਕੌਮ ਹੈ ਨਸ਼ੇ ਵੱਲ ਹੋਈ ਹੈ ਜਵਾਨ ਪੀੜ੍ਹੀ ਹਟ ਜਾਓ ਹਟ ਜਾਓ ਮੈਂ ਜੇ ਕੋਈ ਏਦਾਂ ਦਾ ਸੁਰ ਲਾ ਦਿੰਦਾ ਜਦੋਂ ਏਦਾਂ ਸੁਰ ਲਾ ਦਿੰਦਾ ਯੂਟਿਊਬ ਤੇ ਕਈ ਲੋਕ ਦੇਖਦੇ ਥੱਲੇ ਕਮੈਂਟ ਆਉਂਦੇ ਜੀ ਇੱਥੇ ਜ਼ਰੂਰ ਸਲੀਮ ਨੇ ਪੰਜ ਸੱਤ ਸਿੰਘਾਂ ਚਰਸ ਦੀਆਂ ਪੀਤੀਆਂ ਆਈ ਵਾਜ ਮੈਂ ਇੱਕਦਮ ਸ਼ੌਕ ਹੋ ਜਾਂਦਾ ਕਿ ਯਾਰ ਇਹਨਾਂ ਨੇ ਮੈਨੂੰ ਕਿੱਥੇ ਦੇਖ ਲਿਆ ਉਹ ਭਰਾਵਾ ਮੈਨੂੰ ਨਸ਼ਾ ਉਹ ਨਹੀਂ ਲੱਗਾ ਮੈਨੂੰ ਇਹਦੇ ਨਾਮ ਦਾ ਹੀ ਬੜਾ ਨਸ਼ਾ ਹੈ ਮਹਾਮਾਈ ਦੇ ਨਾਮ ਦਾ ਹੀ ਬਹੁਤ ਨਸ਼ਾ ਹੁੰਦਾ ਮਾਂ ਬਾਪ ਦੇ ਨਾਮ ਦਾ ਬੜਾ ਨਸ਼ਾ ਹੁੰਦਾ ਅੱਜ ਤੱਕ ਭਰੀਆਂ ਸਿਫਤਾਂ ਤੱਕ ਹੀ ਮੈਂ ਭੋਖੀ ਵੀ ਨਹੀਂ ਪੀਤੀ ਹਾਂ ਦਾਰੂ ਸ਼ਰਾਬ ਇਹ ਚੀਜ਼ਾਂ ਤੋਂ ਮੈਂ ਬਹੁਤ ਦੂਰ ਹਾਂ ਮੇਰੀ ਮਾਂ ਰੋਟੀ ਦੇ ਨਾਲ ਇੱਕ ਲੱਸੀ ਦਾ ਗਲਾਸ ਦਿੰਦੀ ਉਹ ਹੀ ਅੰਮ੍ਰਿਤ ਆ ਮੇਰੇ ਲਈ ਤੁਸੀਂ ਵੀ ਇੱਦਾਂ ਕਰੋ ਬਹੁਤ ਮਿਹਰਬਾਨੀ ਬੀੜੀਆਂ ਨਾ ਪੀਓ ਬੀੜੀਆਂ ਪੀ ਕੇ ਬੰਦਾ ਆਪ ਬੀੜੀ ਵਰਗਾ ਹੋ ਜਾਂਦਾ ਹਾਂਜੀ ਕੌਣ ਹੈ ਕੌਣ ਕਹਿ ਰਿਹਾ ਜੇ ਗੱਲ ਅੱਛਾ ਜੀ ਸਾਰੀਆਂ ਭੇਟਾਂ ਸੁਣਾਵਾਂਗੇ ਭਰਾਵਾ ਸਾਰੀਆਂ ਸੁਣਾਵਾਂਗੇ ਟੈਨਸ਼ਨ ਨਾ ਲੈ ਹੁਣ ਐਕਚੁਲੀ ਮੂਡ ਬਣਿਆ ਗਾਉਣ ਦਾ ਹੁਣ ਤੁਹਾਨੂੰ ਮਰਾਸੀਆਂ ਵਾਲਾ ਗਾਣਾ ਸੁਣਾਉਂਦੇ ਮਰਾਸੀ ਹੈਗੇ ਇੱਥੇ ਹੈਗੀ ਦੇਰ ਕਹਿਰ ਕਿੱਦਾਂ ਹੈ ਇਹਦੇ ਨਾਂ ਦੀ ਵੇਲ ਕਰਾਂ ਮੈਂ ਮਾਤਾ ਜੀ ਗਵਈਆਂ ਮੈਂ ਸੱਤ ਪਾਲ ਨਕਲੀ ਆ ਥੋੜ੍ਹੀ ਹਾਂਜੀ ਹਾਂਜੀ ਇਹ ਮੁੰਡਾ ਛੋਟਾ ਜਿਹਾ ਬੱਚਾ ਹੈ ਇਹਦਾ ਨਾਂ ਕੀ ਹੈ ਵੰਸ਼ ਵੰਸ਼ ਦੇ ਨਾਂ ਤੋਂ ਬਹੁਤ ਸਾਰਾ ਆਸ਼ੀਰ ਵਾਰ ਕੇ ਇਹ ਸਾਨੂੰ ਰੁਪਈਏ ਦੇ ਕੇ ਗਿਆ ਵੰਸ਼ ਦੀ ਮੰਮੀ ਵੰਸ਼ ਇਹਨਾਂ ਦਾ ਅੱਗੇ ਵੰਸ਼ ਚਲਾਵੇ ਬਾਬਾ ਜੀ ਹੋਰ ਤਰੱਕੀਆਂ ਦੇ ਥੈਂਕ ਯੂ ਜੀ ਭੈਣ ਜੀ ਮਿਹਰਬਾਨੀ ਜੀ ਸ਼ੁਕਰੀਆ ਇੱਦਾਂ ਲੱਗਦਾ ਮੈਂ ਗਾਉਣ ਨਹੀਂ ਫੋਟੋ ਖਿਚਾਉਣਾ ਹੈ ਮੈਂ ਇੱਥੇ ਫੋਟੋ ਵਾਲਿਆਂ ਨੂੰ ਤਾਂ ਨਹੀਂ ਕੁਛ ਕਹਿਣ ਡਿਆ ਸਾਡੇ ਰਵੀ ਦਾ ਕੰਮ ਹੀ ਫੋਟੋ ਦਾ ਨਹੀਂ ਤਾਂ ਅਸੀਂ ਆਪਣੇ ਸਟੇਜ ਤੇ ਫੋਟੋ ਓਏ ਓਏ ਨਹੀਂ ਬਰਾਦਰੀ ਆ ਭਰਾਵਾ ਸਾਡੀ ਇਹਨਾਂ ਨੇ ਬਾਈਕਾਟ ਕਰਤਾ ਮਰ ਜਾਏ ਨਹੀਂ ਬਸ ਬਸ ਬਾਬਾ ਮਰਾਸ਼ਾ ਜੀ ਦੇ ਨਾਂ ਤੇ ਉਹ ਸੱਚੀ ਸਰਦਾਰ ਮੌਜ ਤੇਰੀ ਸਾਨੂੰ ਸੁਣਾਉਣਾ ਆ ਜਾਓ ਆ ਜਾਓ ਸਾਰੇ ਮਰਾਸੀ ਆ ਜਾਓ ਜਲਦੀ ਵਾਹ ਗਿਆ ਕਿੱਥੇ ਭਾਜੀ ਖੇਤੀ ਆ ਪਹਿਲਾਂ ਇਹਨਾਂ ਨੇ ਖਿਚਾ ਲੈਂਦੇ ਆ ਜਿਹੜੇ ਥੈਂਕ ਯੂ ਬਾਬਾ ਮਰਾਸ਼ਾ ਬਹੁਤ ਰੱਖੇ ਬਹਿ ਜਾਓ ਹੁਣ ਸਾਡੀ ਬਰਾਦਰੀ ਸਾਡੀ ਮਰਾਸੀ ਬਰਾਦਰੀ ਜਿਨ੍ਹਾਂ 'ਚ ਮੈਂ ਹਾਂ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਮਰਾਸੀਆਂ ਦਾ ਮੁੰਡਾ ਮਰਾਸੀਆਂ ਦੇ ਨਾਂ 'ਤੇ ਕਈ ਲੋਕ ਬਹੁਤ ਹੱਸਦੇ ਨੇ ਪਰ ਹੱਸਣ ਵਾਲੀ ਕੋਈ ਗੱਲ ਨਹੀਂ ਮਰਾਸੀ ਵੀ ਇਨਸਾਨ ਹੀ ਹੁੰਦੇ ਨੇ ਮੈਨੂੰ ਬੜੀ ਇੰਗਲੈਂਡ 'ਚ ਕਿਸੇ ਨੇ ਪੁੱਛ ਲਿਆ ਉਹ ਭਾਜੀ ਭਾਜੀ ਗਾਣਾ ਸੁਣ ਲਾ ਭਰਾਵਾ ਅੱਛਾ ਬੁਲਾ ਰਹੇ ਸੀ ਕਿਸੇ ਨੂੰ ਉੱਥੇ ਆ ਜਾ ਲੁੱਕ ਲਾ ਲੁੱਕ ਲਾ ਗੱਲ ਮਰਾਸੀਆਂ ਦੀ ਹੋ ਰਹੀ ਸੀ ਕਿ ਮੈਂ ਇੰਗਲੈਂਡ ਸੀਗਾ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਜਿਹੜਾ ਹੋਸਟ ਕਰ ਰਿਹਾ ਸੀ ਪ੍ਰੋਗਰਾਮ ਕਹਿੰਦਾ ਤੁਸੀਂ ਕੀ ਹੁੰਦੇ ਹੋ ਮੈਂ ਕਿਹਾ ਅਸੀਂ ਬੰਦੇ ਹੁੰਦੇ ਹਾਂ ਜੀ ਕਹਿੰਦੇ ਨਹੀਂ ਤੁਹਾਡੀ ਜ਼ਾਤ ਕੀ ਹੈ ਮੈਂ ਕਿਹਾ ਯਾਰ ਸਵਾਲ ਤਾਂ ਤੂੰ ਬੜਾ ਗਲਤ ਕਰ ਲਿਆ ਪਰ ਚੱਲ ਕੋਈ ਨਹੀਂ ਮੈਂ ਦੱਸਦਾ ਮੈਂ ਕਹਿੰਦੇ ਅਸੀਂ ਮਰਾਸੀ ਹੁੰਦੇ ਹਾਂ ਕਹਿੰਦੇ ਉਹ ਕੀ ਹੁੰਦਾ ਮੈਂ ਕਿਹਾ ਮੀਂਹ ਕਿਹਾ ਜਾਂਦਾ ਫਾਰਸੀ 'ਚ ਜ਼ੁਬਾਨ ਨੂੰ ਰਾਸੀ ਮਤਲਬ ਰਸ ਵਾਲੀ ਹੈ ਜਿਹਦੀ ਜ਼ੁਬਾਨ ਰਸ ਵਾਲੀ ਹੈ ਉਹ ਮਰਾਸੀ ਹੁੰਦਾ ਮਿੱਠਾ ਬੋਲਣਾ ਓ ਭਾਜੀ
देवते हो बैजो बाबे हो तो बैजा ताया बैजो मेरा वीर बिस्कुट नहीं खान देता अपने घर शेरावाली मैया मेरी वाली संसार एक बारी बेनती ते कम है सवाल सारे दी दुख के दुख कटे
माता द्वारा, माता द्वारा।